ਸਾਥਿਓ ਅੱਜ ਸੰਗਠਿਤ ਕਿਸਾਨ ਮੋਰਚੇ ਦੀ ਮੀਟਿੰਗ ਹੋਈ ਹੈ ਔਰ ਉਸ ਮੀਟਿੰਗ ਚ ਕੁਝ ਫੈਸਲੇ ਲਏ ਗਏ ਨੇ ਸਭ ਤੋਂ ਪਹਿਲਾ ਫੈਸਲਾ ਤਾਂ 23 ਤਰੀਕ ਨੂੰ ਸ੍ਰੀ ਸੁਆਮੀ ਸਹਿਜਨੰਦ ਸਰਸਵਤੀ ਤੇ ਪਗੜੀ ਸੰਭਾਲ ਜੱਟਾ ਲਹਿਰ ਦੇ ਆਗੂ ਸਰਦਾਰ ਰਾਜੀਤ ਸਿੰਘ ਜੀ ਉਹਨਾਂ ਦੀ ਯਾਦ ਦੇ ਵਿੱਚ ਕਿਸਾਨ ਜਿਹੜਾ ਪਗੜੀ ਸੰਭਾਲ ਦਿਵਸ ਹੈ ਜਿਹੜਾ ਸੰਕਲਪ ਦਿਵਸ ਹੈ ਉਹ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ ਇਸ ਦੌਰਾਨ ਦੋਹਾਂ ਹੀ ਸੁਤੰਤਰਤਾ ਸਨਾਨੀਆਂ ਨੂੰ ਕਿਸਾਨ ਆਗੂਆਂ ਨੂੰ ਯਾਦ ਵੀ ਕੀਤਾ ਜਾਊਗਾ ਔਰ ਉਹਨਾਂ ਦੇ ਕਿਸਾਨ ਲਹਿਰ ਨੂੰ ਦੇਣ ਦੇ ਬਾਰੇ ਜਿਹੜਾ ਉਹ ਜਾਗਰੂਕ ਵੀ ਕੀਤਾ ਜਾਊਗਾ ਇਸ ਤੋਂ ਇਲਾਵਾ ਇੱਕ ਜਿਹੜਾ ਸਭ ਤੋਂ ਮਹੱਤਵਪੂਰਨ ਜਿਹੜਾ ਫੈਸਲਾ ਹੋਇਆ ਉਹ ਹੋਇਆ ਹੈਗਾ ਆ ਕਿ ਜਿਹੜਾ 26 ਤਰੀਕ ਦੇ ਘਟਨਾਕ੍ਰਮ ਤੋਂ ਬਾਅਦ ਜਿਹੜਾ ਇੱਕ ਜ਼ਬਰ ਦਾ ਮਾਹੌਲ ਸੀ ਵਿਦੋਸ਼ੇ ਨੌਜਵਾਨਾਂ ਦੇ ਉੱਪਰ ਜਿਹੜੇ ਜਾਂ ਕਿਸਾਨ ਵੀਰਾਂ ਦੇ ਉੱਪਰ ਜਿਹੜੇ ਝੂਠੇ ਪਰਚੇ ਪਾ ਕੇ ਉਹਨਾਂ ਦੀਆਂ ਗ੍ਰਿਫਤਾਰੀਆਂ ਕੀਤੀਆਂ ਗਈਆਂ ਔਰ ਇਸ ਤੋਂ ਇਲਾਵਾ ਜੋ ਨੋਟਿਸ ਭੇਜ ਕੇ ਪੁਲਸ ਨੋਟਿਸ ਭੇਜ ਕੇ ਇੱਕ دہشت ਦਾ ਮਾਹੌਲ ਬਣਾ ਕੇ ਲੋਕਾਂ ਨੂੰ ਡਰਾਇਆ ਜਾ ਰਿਹਾ ਇਸ ਜ਼ਬਰ ਦੇ ਖਿਲਾਫ ਔਰ ਇਸ ਤੋਂ ਇਲਾਵਾ ਜਿਹੜੇ ਆਮ ਜਿਹੜੇ ਛੋਟੇ ਲੰਘੇ ਸੀ ਜਿਨ੍ਹਾਂ ਤੋਂ ਸਿੰਘੂ ਬਾਰਡਰ ਦੇ ਆਲੇ ਦੁਆਲੇ ਦੇ ਜਿਹੜੇ ਲੋਕਲ ਵਸਿੰਦੇ ਨੇ ਉਹ ਲੰਘਦੇ ਸੀ ਉਹਨਾਂ ਰਸਤਿਆਂ ਨੂੰ ਵੀ ਪੁਲਿਸ ਵੱਲੋਂ ਬੈਰੀਕੇਡਿੰਗ ਕਰਕੇ ਬੰਦ ਕਰਨ ਵਰਗੇ ਜ਼ਬਰ ਦੇ ਜਿਹੜੇ ਮੈਅਰ ਲਿੱਤੇ ਜਾ ਰਹੇ ਨੇ ਇਹਨਾਂ ਸਾਰੇ ਜ਼ਬਰ ਦੇ ਮੈਅਰਸ ਦੇ ਖਿਲਾਫ ਗ੍ਰਿਫਤਾਰੀਆਂ ਦੇ ਖਿਲਾਫ ਦिशा ਦੀ ਗ੍ਰਿਫਤਾਰੀ ਦੇ ਖਿਲਾਫ ਨਦੀਪ ਦੀ ਰਿਹਾਈ ਦੇ ਲਈ ਇਹ ਸਾਰੇ ਜਿਹੜੇ ਜ਼ਬਰਦਸਤ ਇਸ਼ੂ ਨੇ ਇਨ੍ਹਾਂ ਇਸ਼ੂਜ਼ ਨੂੰ ਲੈ ਕੇ 24 ਤਰੀਕ ਨੂੰ ਪੂਰੇ ਦੇਸ਼ ਦੇ ਵਿੱਚ ਤਹਿਸੀਲ ਤੇ ਜ਼ਿਲ੍ਹਾ ਕੇਂਦਰਾਂ ਤੇ ਮੁਹਾਰੇ ਕਰਕੇ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਭੇਜ ਕੇ ਇਸ ਜ਼ਬਰ ਨੂੰ ਬੰਦ ਕਰਨ ਦੀ ਮੰਗ ਆ ਜਿਹੜੀ ਉਹ ਕੀਤੀ ਜਾਏਗੀ ਮੈਂ ਲੀਗਲ ਸੈਲ ਕਮੇਟੀ ਦਾ ਮੈਂਬਰ ਹਾਂ ਇਹ ਸਵਾਲ ਬਹੁਤ ਸਾਰੀਆਂ ਥਾਵਾਂ ਤੇ ਆ ਰਿਹਾ ਸੀ ਲੋਕਾਂ ਨੂੰ ਨੋਟਿਸ ਭੇਜ ਕੇ ਦਹਿਸ਼ਤ ਜਗਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਕਰਕੇ ਸਾਰੇ ਟੈਰਰ ਨੂੰ اپੋਜ਼ ਕਰਨ ਲਈ ਇਹਦਾ ਵਿਰੋਧ ਕਰਨ ਲਈ ਜਿਹੜਾ ਇਹ 24 ਤਰੀਕ ਨੂੰ ਸਾਰੇ ਦੇਸ਼ ਦੇ ਵਿੱਚ ਇਹ ਕਾਲ ਹੈ ਜਿਹੜੀ ਕੀਤੀ ਜਾਊ ਇਸ ਮਾਧਿਅਮ ਰਾਹੀਂ ਤੁਹਾਨੂੰ ਸਾਰਿਆਂ ਨੂੰ ਪੰਜਾਬ ਦੇ ਵਿੱਚ ਵੀ ਇਹ ਸੱਦਾ ਦਿੱਤਾ ਜਾਂਦਾ ਕਿ 24 ਤਰੀਕ ਨੂੰ ਜ਼ਿਲ੍ਹਾ ਤੇ ਤਹਿਸੀਲ ਕੇਂਦਰਾਂ ਦੇ ਉੱਪਰ ਰੋਸ ਮਿਜਾਰੇ ਕਰਕੇ ਇਸ ਜ਼ਬਰ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰਿਏ ਤੇ ਰਾਸ਼ਟਰਪਤੀ ਨੂੰ ਮੈਮੋਰੰਡਮ ਭੇਜੀਏ ਇਹ ਮੰਗਾਂ ਦੇ ਸਬੰਧ ਵਿੱਚ ਜਿਹੜੀਆਂ ਡਰਾਫਟ ਕੀਤੀਆਂ ਜਾਣਗੀਆਂ ਇਹ 6 ਕੱਲ ਨੂੰ ਰਿਲੀਜ਼ ਕਰ ਦਿੱਤੀਆਂ ਜਾਣਗੀਆਂ ਇੱਕ ਸਾਂਝਾ ਮੰਗ ਪੱਤਰ ਹੋਊਗਾ ਜਿਹੜਾ ਰਾਸ਼ਟਰਪਤੀ ਜੀ ਨੂੰ ਭੇਜਣਾ ਹੈ ਇਸ ਤੋਂ ਇਲਾਵਾ ਜਿਹੜਾ 26 ਤਰੀਕ ਨੂੰ ਸਿੰਘੂ ਬਾਰਡਰ ਦੇ ਉੱਪਰ ਕਿਸਾਨ ਜਥੇਬੰਦੀਆਂ ਦੇ ਵਿੱਚ ਜਿਹੜੇ ਨੌਜਵਾਨ ਲੀਡਰਸ਼ਿਪ ਹੈ ਉਸ ਦੇ ਹਵਾਲੇ ਸਟੇਜ ਕੀਤੀ ਜਾ ਰਹੀ ਹੈ ਔਰ ਦੇਸ਼ ਦੀਆਂ ਸਾਰੀਆਂ ਨੌਜਵਾਨ ਜਥੇਬੰਦੀਆਂ ਨੂੰ ਇਸ ਨਾਰਥ ਇੰਡੀਆ ਜਿਹੜੀਆਂ ਕੰਮ ਕਰਦੀਆਂ ਨੇ ਉਹਨਾਂ ਸਾਰੀਆਂ ਨੌਜਵਾਨ ਜਥੇਬੰਦੀਆਂ ਨੂੰ ਕਿਸਾਨ ਜਥੇਬੰਦੀਆਂ ਚ ਜੁੜੇ ਹੋਏ ਸਾਰੇ ਨੌਜਵਾਨਾਂ ਨੂੰ ਸੱਦਾ ਦਿੱਤਾ ਜਾ ਰਿਹਾ ਹੈ ਕਿ 26 ਤਰੀਕ ਨੂੰ ਉਹ ਜਦੋਂ ਇਸ ਦਿੱਲੀ ਮੋਰਚੇ ਦੇ ਸਿੰਘੂ ਮੋਰਚੇ ਦੇ ਟਿਕਰੀ ਮੋਰਚੇ ਦੇ ਜਦੋਂ 3 ਮਹੀਨੇ ਪੂਰੇ ਹੋਣ ਜਾ ਰਹੇ ਨੇ ਤਾਂ ਉਸ ਤਿੰਨ ਮਹੀਨਿਆਂ ਨੂੰ ਯਾਦ ਸਾਰਾ ਜਿਹੜਾ ਉਸ ਨੂੰ ਮਾਰਕ ਕਰਦੇ ਹੋ ऑब्ਜ਼ਰਵ ਕਰਦੇ ਹੋਏ ਇੱਥੇ ਨੌਜਵਾਨਾਂ ਨੂੰ ਉਸ ਦਿਨ ਪਹੁੰਚਣ ਦਾ ਸੱਦਾ ਦਿੱਤਾ ਜਾ ਰਿਹਾ ਹੈ ਇੱਕ ਇਸ਼ੂ ਬਣਾਇਆ ਜਾ ਰਿਹਾ ਕਿ ਜਿਵੇਂ ਨੌਜਵਾਨ ਵੱਖਰੇ ਹੋਣ ਔਰ ਜਿਹੜੀ ਕਿਸਾਨ ਜਥੇਬੰਦੀਆਂ ਦੀ ਲੀਡਰਸ਼ਿਪ ਹੈ ਕੋਈ ਬੁੱਢਾ ਹੀ ਲੀਡਰਸ਼ਿਪ ਹੈ ਤੇ ਉਹ ਕੁਝ ਵੱਖਰੀ ਹੋਵੇ ਜਥੇਬੰਦੀਆਂ ਦੇ ਵਿੱਚ ਵੀ ਨੌਜਵਾਨ ਹੈਗੇ ਨੇ ਨੌਜਵਾਨ ਇਸ ਲਹਿਰ ਦਾ ਜਿਹੜੇ ਨੌਜਵਾਨ ਕਿਸਾਨ ਨੇ ਇੱਕ ਮਹੱਤਮਪੂਰਨ ਅੰਗ ਸੀ ਜਿਥੇ ਬੰਦੀਆਂ ਦੇ ਵਿੱਚੋਂ ਇੱਕ ਤਾਕਤ ਹੈ ਔਰ ਉਹਨਾਂ ਨੂੰ ਉਸ ਦਿਨ ਜ਼ਿੰਮੇਵਾਰੀ ਦੇ ਕੇ ਸਟੇਜ ਦੇ ਉੱਪਰ ਆਪਣੀ ਗੱਲ ਰੱਖਣ ਦਾ ਆਪਣੀ ਵਿਚਾਰ ਰੱਖਣ ਦਾ ਜਿਹੜਾ ਮੌਕਾ ਦਿੱਤਾ ਜਾਊਗਾ ਔਰ ਇਹ ਦਿਨ ਉਹਨਾਂ ਨੂੰ ਸਮਰਪਿਤ ਕੀਤਾ ਜਾ ਰਿਹਾ ਪੂਰੀ ਤਰ੍ਹਾਂ ਇਸ ਤੋਂ ਇਲਾਵਾ 27 ਤਰੀਕ ਨੂੰ ਜਿਹੜਾ ਇੱਕ ਪੂਰੇ ਦਾ ਪੂਰਾ ਜਿਹੜਾ ਦਿਹਾੜਾ ਗੁਰੂ ਰਵਿਦਾਸ ਜੀ ਦੀ ਜਨਮ ਦਿਨ ਨੂੰ ਮਨਾਇਆ ਜਾਊਗਾ ਤੇ ਨਾਲੋਂ ਨਾਲ ਸ਼ੀ ਚੰਦਰ ਸ਼ੇਖਰ ਆਜ਼ਾਦ ਹੋਣਾ ਦਾ ਜਿਹੜਾ ਸ਼ਹੀਦੀ ਦਿਨ ਵੀ ਹੈ ਉਸ ਨੂੰ ਵੀ ਅਬਜ਼ਰਵ ਕੀਤਾ ਜਾਊਗਾ ਔਰ ਇਸ ਨੂੰ ਮਜ਼ਦੂਰ ਕਿਸਾਨ ਇਕਤਾ ਦਿਵਸ ਵਜੋਂ ਜਿਹੜਾ ਉਹ ਮਨਾਇਆ ਜਾਊਗਾ 24 ਤਰੀਕ ਜ਼ਬਰ ਵਿਰੋਧੀ ਦਿਵਸ ਹੈ 26 ਤਰੀਕ ਨੌਜਵਾਨਾਂ ਦੇ ਹਿੱਸੇ ਹੈ ਅਰ 27 ਤਰੀਕ ਨੂੰ ਮਜ਼ਦੂਰ ਕਿਸਾਨ ਇਕਤਾ ਦਵਸਤੇ ਰੂਪ ਚ ਮਨਾਇਆ ਜਾਊਗਾ ਜਿਸ ਦਿਨ ਚੰਦਰ ਸ਼ੇਖਰ ਹੋਣਾ ਦੀ ਗੁਰੂ ਰਵੀਦਾਸ ਜੀ ਦੀ ਬੇਗੰਪੂਰੇ ਦੇ ਸੰਕਲਪ ਦੀ ਭਾਵਨਾ ਤੇ ਚੰਦਰ ਸ਼ੇਖਰ ਹੋਣਾ ਦੀ ਜਿਹੜੀ ਆ ਸਾਮਰਾਜ ਵਿਰੋਧੀ ਭਾਵਨਾ ਆ ਜਿਹੜੀ ਅੱਜ ਕਾਰਪੋਰੇਟ ਦੇ ਰੂਪ ਚ ਸਾਡੇ ਸਾਹਮਣੇ ਆ ਜਿਹਦੇ ਕਰਕੇ ਇਹਥੇ ਖੇਤੀ ਕਾਨੂੰਨ ਸਾਡੇ ਉੱਪਰ ਲੱਦੇ ਗਏ ਨੇ ਐਮਐਸਪੀ ਦੇ ਇਸ਼ੂ ਲਈ ਅਸੀਂ ਲੜ ਰਹੇ ਆ ਉਸ ਕਾਰਪੋਰੇਟ ਦੇ ਖਿਲਾਫ ਜਿਹੜਾ ਇਹ ਦਿਨ ਮਨਾਇਆ ਜਾਊਗਾ ਔਰ ਅਸੀਂ ਸਮੂਹ ਕਿਸਾਨਾਂ ਨੂੰ ਸਮੂਹ ਲੋਕਾਂ ਨੂੰ ਸੱਦਾ ਦਿੰਦੇ ਆ ਵੀ ਉਹ ਆਉਣ ਔਰ ਇਹਨਾਂ ਮੋਰਚਿਆਂ ਨੂੰ ਹੋਰ ਵੀ ਮਜ਼ਬੂਤ ਕਰਨ ਔਰ 28 ਤਰੀਕ ਨੂੰ ਅਗਲੀ ਮੀਟਿੰਗ ਕਰਕੇ ਸਯੁਕਤ ਕਿਸਾਨ ਮੋਰਚਾ ਅਗਲੇ ਕੋਲ ਦਾ ਰੂਪਰੇਖਾ ਜਿਹੜੀ ਤੁਹਾਡੇ ਸਾਹਮਣੇ ਰੱਖੇਗਾ ਇਹ ਸਾਰੇ ਸੱਦਿਆਂ ਦੇ ਵਿੱਚ ਜਿਹੜਾ ਇੱਕ ਕੇਂਦਰ ਬਿੰਦੂ ਹੈ ਤਾਂ ਇਕਤਾ ਅਸੀਂ ਜ਼ਬਰਦਸਤ ਵਿਰੋਧ ਕਰਨ ਜਾ ਰਹੇ ਹਾਂ ਜਿਹੜਾ ਜ਼ਬਰ ਹੋ ਰਿਹਾ ਹੈ ਸਰਕਾਰ ਤੋਂ ਇਹ ਮੰਗ ਹੈ ਕਿ ਉਹ ਇਹ ਜਿਹੜੇ ਨੋਟਿਸ ਭੇਜ ਰਿਓ ਬੰਦ ਕਰੇ ਔਰ ਸਾਡੇ ਬਦੋਸ਼ੇ ਫੜੇ ਹੋਏ ਸਾਰੇ ਕਿਸਾਨ ਵੀਰਾਂ ਨੂੰ ਰਿਹਾ ਕਰੇ ਔਰ ਨਾਲੋਂ ਨਾਲ ਇੱਕ ਜਿਹੜਾ ਇਹ ਸਵਾਲ ਹੈ ਕਿ ਸ਼ਾਇਦ ਨੌਜਵਾਨ ਤੇ ਬਜ਼ੁਰਗਾਂ ਚ ਕੋਈ ਖਾਈ ਹੈ ਇਹਨਾਂ ਨੂੰ ਲੱਗ ਲੱਗ ਪੇਸ਼ ਕਰਨ ਦੀ ਜਿਹੜੀ ਕੋਸ਼ਿਸ਼ ਹੋ ਰਹੀ ਹੈ ਕੁਝ ਲੋਕਾਂ ਵੱਲੋਂ ਇਸ ਗੱਲ ਨੂੰ ਅਸੀਂ ਬਿਲਕੁਲ ਸਪਸ਼ਟ ਕਰਨ ਲਈ ਕਿ ਨੌਜਵਾਨ ਕਿਸਾਨ ਜਥੇਬੰਦੀਆਂ ਦਾ ਇੱਕ ਮਹੱਤਵਪੂਰਨ ਹਿੱਸਾ ਨੇ ਇਸ ਲਹਿਰ ਦਾ ਮਹੱਤਵਪੂਰਨ ਹਿੱਸਾ ਨੇ ਔਰ ਅੱਜ ਵੀ ਸੰਤ ਕੁਸ਼ਾਨ ਮੋਰਚੇ ਨਾਲ ਜ਼ਿੰਮੇਵਾਰੀ ਨਿਭਾਉਂਦੇ ਹੋਏ ਪੂਰੀ ਤਨਦੇਹੀ ਨਾਲ ਇਸ ਲਹਿਰ ਨੂੰ ਸਫਲ ਕਰਨ ਲਈ ਜੁਟੇ ਹੋਏ ਨੇ ਇਸ ਗੱਲ ਲਈ 26 ਤਰੀਕ ਨੂੰ ਵੀ ਉਹ ਆਪਣੇ ਜਹਾਜ ਜਲਾਲ ਦਿਖਾਉਣਗੇ ਔਰ ਇਸ ਸਟੇਜ ਤੇ ਦਿਖਾਉਣਗੇ ਕਿ ਕਿੰਨੀ ਜ਼ਿੰਮੇਵਾਰੀ ਨਾਲ ਉਹ ਲਹਿਰ ਨੂੰ ਅੱਗੇ ਵਧਾ ਰਹੇ ਨੇ ਔਰ ਇਸ ਦਿਨ ਨੌਜਵਾਨ ਕਿਸਾਨ ਜਥੇਬੰਦੀਆਂ ਨਾਲ ਜਿਹੜਾ ਜੁੜਿਆ ਹੋਇਆ ਉਹ ਮੰਚ ਸੰਚਾਲਨ ਵੀ ਕਰੇਗਾ ਔਰ ਦੇਸ਼ ਦੀਆਂ ਬਾਕੀ ਨੌਜਵਾਨ ਜਥੇਬੰਦੀਆਂ ਨੂੰ ਵਿਦਿਆਰਥੀ ਜਥੇਬੰਦੀਆਂ ਨੂੰ ਵੀ ਮੰਚ ਤੇ ਆਪਣੇ ਵਿਚਾਰ ਰੱਖਣ ਦਾ ਜਿਹੜਾ ਉਹ ਮੌਕਾ ਦਿੱਤਾ ਜਾਏਗਾ। ਤੋਂ ਇਸ ਲਈ ਤੁਹਾਡੇ ਇਸ ਮਾਧਿਅਮ ਰਾਹੀਂ ਨਾ ਚਾਰਾ ਸਦਿਆ ਨੂੰ ਆਸ ਹੈ ਕਿ ਤੁਸੀਂ ਠੀਕ ਠਾਕ ਨਾਲ ਲਾਗੂ ਕਰੋਗੇ, ਜਬਰ ਵਿਰੋਧੀ ਦਿਵਸ ਵੀ ਮਨਾਓਗੇ ਔਰ ਇਹਨਾਂ ਸਾਰੇ ਜਿਹੜੇ ਸਾਡੇ ਸਨਮਾਨਯੋਗ ਜਾਂ ਸਾਡੇ ਮਹਾਪੁਰਖ ਨੇ ਇਹਨਾਂ ਦੀਆਂ ਸ਼ਹੀਦ ਨੇ ਇਹਨਾਂ ਸਾਰਿਆਂ ਦੀਆਂ ਯਾਦਾਂ ਨੂੰ ਵੀ ਅਸੀਂ ਸਮਰਪਿਤ ਹੋ ਕੇ ਮਨਾਉਂਦੇ ਹੋਏ ਇਸ ਮੋਰਚਿਆਂ ਨੂੰ ਤਕੜਾ ਕਰਾਂਗੇ ਔਰ ਮੋਦੀ ਸਰਕਾਰ ਖਿਲਾਫ ਇਸ ਲਹਿਰ ਨੂੰ ਹੋਰ ਪਰਚੰਡ ਕਰਾਂਗੇ। 28 ਤਰੀਕ ਨੂੰ ਤੁਹਾਡੇ ਸਾਹਮਣੇ ਖੋਲਦੀ ਅਗਲੀ ਰੂਪਰੇਖਾ ਹੈ ਜਿਹੜੀ ਉਹ ਰੱਖ ਦਿੱਤੀ ਜਾਏਗੀ ਤੁਹਾਡਾ ਬਹੁਤ ਬਹੁਤ ਧੰਨਵਾਦ